ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਜੀਐਸਓਹੀ ਬਲੌਗਸ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਆਪਣੇ ਝੋਨਾ ਹੁਣ ਪੱਕ ਚੱਲਿਆ ਠੀਕ ਹੈ ਪਕਾਵਾਲਾ ਹੁਣ ਵੱਢਣ ਵਾਲ ਚੱਲ ਗਿਆ ਤੇ ਆਪਾਂ ਪਾਣੀ ਕਦੋਂ ਬੰਦ ਕਰੀਏ ਤੇ ਆਖਰੀ ਪਾਣੀ ਆਪਾਂ ਖੇਤ ਨੂੰ ਕਦੋਂ ਲਾਈਏ ਠੀਕ ਹੈ ਕਿੰਨੇ ਦਿਨ ਪਹਿਲਾਂ ਆਪਾਂ ਨੂੰ ਪਾਣੀ ਬੰਦ ਕਰ ਦੇਣਾ ਚਾਹੀਦਾ ਖੇਤ ਦੇ ਵਿੱਚੋਂ ਅੱਜ ਛੋਡੇ ਨਾਲ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਵੀ ਕਿਹੜੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਕਦੋਂ ਪਾਣੀ ਬੰਦ ਕਰਨਾ ਚਾਹੀਦਾ ਕਿਉਂਕਿ ਕਿਸੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਹਲਕੀਆਂ ਜ਼ਮੀਨਾਂ ਨੇ ਕਿਸੇ ਚ ਭਾਰੀਆਂ ਨੇ ਕਿਸੇ ਚ ਦਰਮਿਆ ਸੋ ਆਪਾਂ ਹਰ ਇੱਕ ਨੂੰ ਇੱਕੋ ਜਿਹਾ ਪਾਣੀ ਨਹੀਂ ਲਾ ਸਕਦੇ ਵੀ ਇੱਕ ਦਿਨ ਆਪਾਂ ਬੰਦ ਕਰਦੀ ਕਿਛ ਵਿੱਚ 20 ਦਿਨ ਕਿਛ ਵਿੱਚ 15 ਕਿਤ ਚੋਲ ਬੱਦਰੀ ਬੰਦ ਕਰ ਸਕਦੇ ਆ ਵੱਧ ਦਿਨ ਰਹਿੰਦੇ ਸੋ ਸਾਰੇ ਆ ਖੇਤਾਂ ਨੂੰ ਆਪਾਂ ਇੱਕੋਸਾਰ ਪਾਣੀ ਨਹੀਂ ਲਾ ਸਕਦੇ ਠੀਕ ਹੈ ਕਿਛ ਚ ਡੱਕ ਰਮਾਣਾ ਕਿਸੇ ਚ ਕੋਈ ਰੇਤ ਲਾ ਮਾਣਾ ਤੋਂ ਹਰ ਇੱਕ ਦੀ ਸਿਚੁਏਸ਼ਨ ਅਨੁਸਾਰ ਆਪਾਂ ਹਰ ਇੱਕ ਬਾਰੇ ਜਾਣਕਾਰੀ ਦੇਣਾ ਕਿ ਕਿਹੜੇ ਖੇਤ ਨੂੰ ਕਿੰਨੇ ਦਿਨ ਪਹਿਲਾਂ ਆਪਾਂ ਪਾਣੀ ਬੰਦ ਕਰ ਸਕਦੇ ਆ ਸੋ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਨਾਲ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਇੱਕ ਤੱਕ ਗੱਲ ਹੋਰ ਨੋਟ ਕਰੇ ਕਿਸਾਨ ਵੀਰੋ ਅਕਤੂਬਰ ਦੇ ਅੱਧ ਤੋਂ ਬਾਅਦ ਤੇਜ਼ ਹਵਾਵਾਂ ਜਾਂ ਹਲਕੀਆਂ ਹਵਾਵਾਂ ਚੱਲਣ ਦੀ ਸੁਭਾਵਨਾ ਹੁੰਦੀ ਹੈ ਜੇ ਹੈਗੀ ਹੈ ਕਿਉਂਕਿ ਮੌਸਮ ਇਸ ਚੇਂਜ ਹੁੰਦਾ ਤਾਂ ਸੁਭਾਵਿਕ ਹੈ ਵੀ ਹਵਾਵਾਂ ਜ਼ਰੂਰ ਚੱਲਣਗੀਆਂ ਤਾਂ ਆਪਣੇ ਖੇਤ ਨੂੰ ਪਾਣੀ ਪੂਰਾ ਭਰ ਕੇ ਨਾ ਲਾਓ ਮਤਲਬ ਕਿ ਕਈ ਕਿਸਾਨ ਹੁੰਦੇ ਆ ਕਿ ਜਿਹੜੇ ਮੋਟਰ ਛੱਡੇ ਆਉਂਦੇ ਆ ਦੇਖਦੇ ਨਹੀਂ ਹੈਗੇ ਠੀਕ ਹੈ ਵੀ ਹਾਂ ਕਿੰਨਾ ਕੁ ਪਾਣੀ ਆ ਆਪਣੀ ਫਸਲ ਦੇ ਵਿੱਚ ਜਾਂ ਝੋਨੇ ਦੇ ਵਿੱਚ ਪੈ ਰਿਹਾ ਖੁੱਲੀਆਂ ਮੋਟਰਾਂ ਨਾਲ ਛੱਡਿਓ ਆਪਣੀ ਦੇਖ ਰੇਖੇ ਹੇਠ ਹੀ ਪਾਣੀ ਛੱਡਿਓ ਤੇ ਹਲਕਾ ਪਾਣੀ ਲਗਾਇਓ ਕਿਉਂਕਿ ਜੇ ਇੱਕ ਵਾਰ ਸਾਨੂੰ ਪਤਾ ਹੈ ਵੀ ਜੇ ਆਪਣਾ ਝੋਨਾ ਥੱਲੇ गिर ਜੇ ਜਦੋਂ ਹਵਾਵਾਂ માં ਚੱਲ ਪੈਂਦੀ ਨੇ ਜੇ ਤੋਂ ਝੋਨਾ ਥੱਲੇ गिर ਜਾਂਦਾ ਤਾਂ ਉਹਨ ਪੱਕਣ ਵਿੱਚ ਹੋਰ ਜਿਹੜਾ ਹਰਾ ਦਾਣਾ ਹਰਾ ਹੀ ਦਾਣਾ ਰਹਿ ਜਾਂਦਾ ਤੇ ਜਦੋਂ ਫਿਰ ਆਪਾਂ ਵੜਦੇ ਆ ਤਾਂ ਆੜਤੀ ਦੇ ਛੱਟਣ ਜਾਂਦੇ ਆ ਜਾਂ ਕਿਤੇ ਵੀ ਮੰਡਾ ਫੈਕਟਰੀ ਵਗੈਰਾ ਛੱਟ ਜਾਂਣਾ ਤਾਂ ਉੱਥੇ ਹਰੇ ਦਾਣੇ ਦੀ ਦਿੱਕਤ ਜ਼ਰੂਰ ਆਉਂਦੀ ਹੈ ਆਪਣੇ ਝੋਨੇ ਦਾ ਮੋਇਸਚਰ ਸਹੀ ਨਹੀਂ ਆਉਂਦਾ ਫਿਰ ਆਪਾਂ ਜਿਹੜਾ ਝਾੜ ਹੈ ਉਸ ਤੋਂ ਵੀ ਜ਼ਿਆਦਾ ਘਟ ਜਾਂਦਾ ਕਿਉਂਕਿ ਜੇ ਆਪਾਂ ਤੁਸੀਂ ਫਰਜ਼ ਕਰੋ ਜੇ ਤੁਸੀਂ ਅੱਜ ਝੋਨਾ ਲੈ ਕੇ ਜਾਨੇ ਜੇ 2 ਦਿਨ ਵੀ ਤੁਹਾਡਾ ਮੰਡੀ ਦੇ ਵਿੱਚ ਪਿਆ ਰਿਆਂ ਦਾ ਤਾਂ ਉਹਦਾ ਆਪਣੇ ਜਿਹੜਾ ਦਾਣੇ ਉੱਪਰ ਅਫੈਕਟ ਜ਼ਰੂਰ ਪਾਊਗਾ ਤਾਂ ਆਪਣਾ ਝਾੜ ਉੱਥੇ ਘਟਣਾ ਪੱਕਾ ਹੀ ਹੁੰਦਾ ਵੀ ਹਾਂ ਝਾੜ ਘਟੂਗੇ ਘਟੂਗਾ ਚਾਹੇ ਘੱਟ ਘੱਟ ਲੇ ਚਾਹੇ ਵੱਧ ਘੱਟ ਲੇ ਠੀਕ ਹੈ ਜੀ ਸੋ ਇਸ ਗੱਲ ਦਾ ਕਿਸਾਨ ਵੀਰੋ ਜ਼ਰੂਰ ਧਿਆਨ ਰੱਖਿਓ ਠੀਕ ਹੈ ਪਾਣੀ ਮੌਸਮ ਦੇ ਹਿਸਾਬ ਨਾਲ ਲਾਇਓ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਵੀ ਪਾਣੀ ਕਿੰਨੇ ਦਿਨ ਪਹਿਲਾਂ ਬੰਦ ਕਰਨਾ ਆਪਾਂ ਨੇ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਪਾਣੀ ਦੇਖੋ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਕਦੋਂ ਹੁੰਦੀ ਹੈ ਜਦੋਂ ਆਪਣੇ ਖੇਤ ਵਿੱਚ ਦੁੱਧਾ ਮਤਲਬ ਕੀ ਲਾਲਾ ਗੋ ਵਿੱਚ ਆਉਂਦੀ ਹੈ ਫਸਲ ਗੋ ਭਰਨ ਤੋਂ ਲੈ ਕੇ ਮਿਲਕ ਸਟੇਜ ਤੱਕ ਗੋ ਭਰਨ ਤੋਂ ਲੈ ਕੇ ਮਿਲਕ ਸਟੇਜ ਤੱਕ ਆਪਾਂ ਨੇ ਖੇਤ ਦੇ ਵਿੱਚ ਪਾਣੀ ਖੜਾ ਰੱਖਣਾ ਹੁੰਦਾ ਠੀਕ ਹੈ ਖੜਾ ਮਤਲਬ ਕਿ ਪਾਣੀ ਆਪਾਂ ਸੁੱਕਣ ਨਹੀਂ ਦੇਣਾ ਹੁੰਦਾ ਤਾਂ ਹਮੇਸ਼ਾ ਪਾਣੀ ਆਪਣੇ ਖੇਤ ਦੇ ਵਿੱਚ ਖੜਾ ਰੱਖਣਾ ਪਰ ਹੁਣ ਹੋਣ ਹੈ ਗਿਆ ਉਲਟ ਸਿਚੁਏਸ਼ਨ ਮਤਲਬ ਕਿ ਜਦੋਂ ਝੋਨਾ ਪਕਾਵਲ ਚਲਾ ਜਾਂਦਾ ਠੀਕ ਹੈ ਤਾਂ ਜੇ ਆਪਾਂ ਪਾਣੀ ਨੂੰ ਡੱਕ ਕੇ ਲਾਵਾਂਗੇ ਮਿਲਕ ਸਟੇਜ ਤੋਂ ਬਾਅਦ ਜਦੋਂ ਕਿ ਦਾਣਾ ਜਿਹੜਾ ਦੁੱਧਿਆ ਦਾਣਾ ਉਹ ਕਹਿੜਾ ਹੋ ਜਾਂਦਾ ਉਸ ਤੋਂ ਬਾਅਦ ਠੀਕ ਹੈ ਬੂਟੇ ਨੇ ਮਰਨਾ ਸਟਾਰਟ ਹੋ ਜਾਂਦਾ ਠੀਕ ਹੈ ਜੇ ਆਪਾਂ ਉਦੋਂ ਬੂਟੇ ਨੂੰ ਸਟ्रेस ਦੇਵਾਂਗੇ ਤਾਂ ਦਾਣਾ ਮਾਜੂ ਪਊਗਾ ਹੀ ਪਊਗਾ ਤਾਂ ਉਦੋਂ ਪਾਣੀ ਆਪਾਂ ਨੂੰ ਰੁੱਕ ਰੁੱਕ ਕੇ ਲਾਉਣਾ ਪੈਂਦਾ ਤੇ ਹੁਣ ਜਿਹੜੀ ਅੱਜ ਦੀ ਸਟੇਜ ਆ ਹੁਣ ਆਪਾਂ ਪਾਣੀ ਕਿਵੇਂ ਬੰਦ ਕਰਨਾ ਦੇਖੋ ਪ੍ਰਭੂ ਜਿਹੜੇ ਤਾਂ ਹੈਗੇ ਨੇ ਭਾਰੀਆਂ ਜ਼ਮੀਨਾਂ ਡਾਕਰ ਬਹਾਨੇ ਜਾਂ ਭਾਰੀਆਂ ਜ਼ਮੀਨਾਂ ਨੇ ਉਹਨਾਂ 'ਚ ਤਾਂ ਆਪਾਂ ਨੂੰ ਘਟੂਕਟ 20 ਦਿਨ ਪਹਿਲਾਂ ਪਾਣੀ ਬੰਦ ਕਰਨਾ ਪੈਊਗਾ ਤਾਂ ਜੋ ਚੋਨਾ ਇੱਕ ਵਾਰ ਪੱਕ ਸਕੇ ਠੀਕ ਹੈ ਹੁਣ ਗੱਲ ਸਮਝ ਆ ਗਈ ਜਿਹੜੀਆਂ ਭਾਰੀਆਂ ਜ਼ਮੀਨਾਂ ਨੇ ਉਹਨਾਂ ਦੇ 20 ਦਿਨ ਪਹਿਲਾਂ ਠੀਕ ਹੈ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਨੇ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਆਪਾਂ 15 ਦਿਨ 15 ਦਿਨ ਪਹਿਲਾਂ ਪਾਣੀ ਬੰਦ ਕਰਨਾ ਠੀਕ ਹੈ ਤੇ ਤਾਂ ਜੋ ਜਿਹੜਾ ਚੋਨਾ ਜਿਹੜਾ ਨਸਾਰਾ ਇੱਕੋ ਸਾਰ ਲੈ ਸਕੇ ਮਤਲਬ ਕਿ ਚੰਗੀ ਤਰ੍ਹਾਂ ਸਾਰਾ ਖੇਤ ਆ ਜਿਹੜਾ ਇੱਕੋ ਸਾਰ ਪੱਕ ਸਕੇ ਤੇ ਗਾਹਾਂ ਕਣਕ ਵੀ ਬੀਜਣੀ ਆ ਠੀਕ ਆ ਉਹਦੇ ਅਕੋਰਡਿੰਗ ਤੁਹਾਨੂੰ ਦੱਸ ਰਿਹਾ ਤਾਂ ਕਿ ਗਿੱਲ ਵੀ ਰਹੇ ਤੇ ਸਮਝ ਆ ਗਈ ਵੀਰੇ ਜਿਹੜੇ ਦਰਮਿਆਨੀਆਂ ਜਿਹਨਾਂ ਨੇ 15 ਦਿਨ ਪਹਿਲਾਂ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਨੇ ਉਹ ਆਪਣਾ ਪਾਣੀ ਜਿਹੜਾ 10 ਦਿਨ ਪਹਿਲਾਂ ਬੰਦ ਕਰੋ ਕਿਉਂਕਿ ਹਕਾ ਹਲਕੀਆਂ ਜ਼ਮੀਨਾਂ ਹੁੰਦੀਆਂ ਨੇ ਉਹਦੇ ਵਿੱਚ ਕਿਉਂਕਿ ਅੱਗੇ ਆਪਣੇ ਕਣਕ ਬੀਜਣੀਆਂ ਗਿੱਲਾ ਪਾਣਾ ਚਾਹੀਦੀ ਜ਼ਰੂਰੀ ਆ ਤਾਂ ਹਲਕੀਆਂ ਜ਼ਮੀਨਾਂ ਥੜੀਆਂ ਪਾਣਾ ਪਾਣੀ ਛੇਤੀ ਖਾ ਜਾਂਦੀਆਂ ਨੇ ਠੀਕ ਹੈ ਇਸ ਲਈ ਉਹ 10 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਆਪਣੇ ਅਕੋਰਡਿੰਗ ਆਪਣੇ ਆਪਣੇ ਇਲਾਕੇ ਅਕੋਰਡਿੰਗ ਹੁਣ ਪ੍ਰਭੂ ਹਰੇਕ ਚੀਜ਼ ਇੱਕ ਹਰ ਇੱਕ ਦੇ ਹੁਣ ਮੈਂ ਤੁਹਾਨੂੰ ਫੇਰ ਸਮਝਾ ਰਿਹਾ ਦੁਬਾਰਾ ਕਿਸਾਨ ਵੀਰੋ ਜਿਹੜੇ ਪਾਣੀ ਦਾ ਆਖਰੀ ਦਾ ਤਰੀਕਾ ਹਰ ਇੱਕ ਤੇ ਲਾਗੂ ਨਹੀਂ ਹੁੰਦਾ ਮਤਲਬ ਕਿਸੇ ਦੀ ਜ਼ਮੀਨ ਆਪਣੀ ਜ਼ਮੀਨ ਦੇ ਅਕੋਰਡਿੰਗ ਹੀ ਲਾਓ ਮੈਂ ਤੁਹਾਨੂੰ ਸਾਰੀਆਂ ਜ਼ਮੀਨਾਂ ਦੱਸਦਾ ਹਲਕੀਆਂ ਭਾਰੀਆਂ ਤੇ ਦਰਮਿਆਨੀ ਆ ਠੀਕ ਹੈ ਉਸ ਅਕੋਰਡਿੰਗ ਆਪਣੇ ਖੇਤ ਵਿੱਚ ਪਾਣੀ ਲਾਓ ਠੀਕ ਹੈ ਤੇ ਆਪਣੇ ਖੇਤ ਵਿੱਚ ਭਰਾਵੋ ਹੁਣ ਗੇੜਾ ਮਾਰਦੇ ਰਹੋ ਠੀਕ ਹੈ ਹੁਣ 6 ਮਹੀਨੇ ਦੀ ਪਾਲੀ ਫਸਲ ਹੈ ਜੇ ਹੁਣ ਆਪਾਂ ਖੇਤ ਦੇ ਵਿੱਚ ਗੇੜਾ ਨਹੀਂ ਮਾਰਾਂਗੇ ਤੇ ਫਿਰ ਉਹ ਕੋਹਰ ਕੋਦੋਂ ਮਾਰਾਂਗੇ ਆਹੀ 10 ਮਹੀਨਾ ਇੱਕਾ ਠੀਕ ਹੈ ਖੇਤ ਦੇ ਵਿੱਚ ਗੇੜਾ ਜ਼ਰੂਰ ਰੱਖੋ ਹੌਪਰ ਦਾ ਧਿਆਨ ਰੱਖੋ ਠੀਕ ਹੈ ਹੌਪਰ ਨੇ ਮੈਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਵੀਰੇ ਹੌਪਰ ਵਾਲੇ ਵੀ ਪਾਤੀਆਂ ਠੀਕ ਹੈ ਕਟਰ ਸੁੰਡੀ ਮੁੰਜਰ ਕਟ ਜਿਨੇ ਹੁ ਨਹੀਂ ਦੇਖਿਆ ਤਾਂ ਮੈਂ ਇੱਕ ਪਲੇਲਿਸਟ ਬਣਾਤੀ ਵੀਰੇ ਤੁਸੀਂ ਉੱਥੇ ਅਕੋਰਡਿੰਗ ਸਾਰੀਆਂ ਵੀਡੀਓ ਦੇਖ ਸਕਦੇ ਹੋ ਫालतू ਖਰਚਾ ਨਾ ਕਰਿਓ ਕੋਈ ਵੀ ਸੋ ਮੇਰੇ ਚੈਨਲ ਤੇ ਜਾ ਕੇ ਜਾਂ ਪਲੇ ਪਲੇਲਿਸਟ ਚ ਜਾ ਕੇ ਐਗਰੀਕਲਚਰ ਇਨਫੋਰਮੇਸ਼ਨ ਨਾਂ ਦੇ ਇੱਕ ਪਲੇਲਿਸਟ ਆ ਤੁਸੀਂ ਉਹ ਤੇ ਸਾਰੀਆਂ ਵੀਡੀਓ ਚੈੱਕ ਕਰ ਸਕਦੇ ਹੋ ਠੀਕ ਹੈ ਤਾਂ ਵੀਰੇ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਘੰਟੀ ਵਾਲਾ ਬਟਨ ਜਰੂਰ ਦਬਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲਦੀ ਰਹੇ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ